ਅਕਤਾ ਜੀ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਸ ਦਾ ਨਾਮ ਹੈ ਮਿੱਤੇ ਜੰਦਲ ਪਿਆਰੇ ਵਿਦਿਆਰਥੀਓ ਜੇਕਰ ਤੁਸੀਂ H.D. Level 2 Level 3 PGT ਪੱਟੀਜੀਟੀ ਪੰਜਾਬੀ ਦੀ ਤਿਆਰੀ ਕਰ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਮੁਕ ਟੈਸਟ ਨੰਬਰ 6 91ਵਾਂ ਪ੍ਰਸ਼ਨ ਹੈ ਜੀ ਅੱਗੇ ਇਹਦੇ ਵਿੱਚ PGT ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜੋ ਸ਼ਬਦ ਹੈ ਸਿਮਲ ਰੁਖ ਸਰਾਇਰਾ ਅਤ ਦੀਰਗਤ ਮੁਚ ਓਏ ਜਿਅਵ ਹੈ ਆਸਕਰ ਜਾਏ ਨਿਰਾਸ਼ੇ ਕਿਤ ਫਲ ਫਿੱਕੇ ਫੁੱਲ ਬਕਵਕੇ ਕਮਨਾਵ ਹੈ ਪਤ ਮਿੱਠਤ ਨਹੀਂ ਵੀ ਨਾਨਕਾ ਗੁਣ ਚਿੰਗਿਆਇਆ ਤਤ ਇਹ ਦੱਸਦੀ ਹੈ ਜੀ ਇਹ ਸ਼ਬਦ ਹੈ ਜੋ 9 ਦੀ ਸਾਹਿਤਿਕ ਕਿਰਨ ਬੁੱਕ ਦੇ ਵਿੱਚ ਦਰਜ ਹੈ ਤਾਂ ਇਹਦੇ ਵਿੱਚ ਪੁੱਛਿਆ ਗਿਆ ਜੀ ਕਿਸ ਪ੍ਰਕਾਰ ਦੀ ਜੀਵਨ ਜਾਂਚ ਦਾ ਉਦੇਸ਼ ਦਿੰਦਾ ਹੈ ਨਿਮਰਤਾ ਤੇ ਸਹਿਜ ਵਾਲੀ ਜੀਵਨ ਜਾਂਚ ਹੰਕਾਰ ਤੇ ਹਉਮੈ ਵਾਲੀ ਸਵਾਰਥੀ ਤੇ ਲੋਭ ਲਾਲਚ ਵਾਲੀ ਅਧੀਨਗੀ ਤੇ ਹੀਨਤਾ ਵਾਲੀ ਦਾ ਸਹੀ ਉਤਰ ਜਿਹਦਾ ਨਿਮਰਤਾ ਤੇ ਸਹਿਜ ਵਾਲੀ ਜੀਵਨ ਜਾਂਚ ਦਾ ਸੁਨੇਹਾ ਦਿੰਦਾ ਹੈ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਦਾ 92ਵਾਂ ਪ੍ਰਸ਼ਨ ਹੈ ਜੀ ਪ੍ਰਿੰਸੀਪਲ ਸਰਵਨ ਸਿੰਘ ਅਨੁਸਾਰ ਕਿਹੜੀ ਖੇਡ ਪੰਜਾਬੀ ਸੱਭਿਆਚਾਰ ਦਾ ਅਨਿਖੜਵਾਂ ਅੰਗ ਹੈ ਹਾਕੀ ਕ੍ਰਿਕਟ ਕਬੱਡੀ ਪਿੱਠੂ ਸਹੀ ਉਤਰ ਹੈ ਜੀ ਦਾ ਈਡੀ ਕਬੱਡੀ ਅੱਗੇ ਹੈ ਜੀ 93ਵਾਂ ਪ੍ਰਸ਼ਨ ਹੈ ਜੀ ਬਾਬੇ ਰਾਮ ਭਜਨੇ ਇਕਾਂਗੀ ਦਾ ਲੇਖਕ ਕੌਣ ਹੈ ਪ੍ਰਿੰਸੀਪਲ ਸਰ ਸਵਰਨ ਸਰਵਨ ਸਿੰਘ ਆਈਸੀ ਨੰਦਾ ਸ਼ਾਮਦਾਸ ਜਾਂ ਬਚਿੰਤ ਕੌਰ ਤਾਂ ਬੇਬੇ ਰੰਭਜਨੀ ਕਾਂਗੀ ਦੇ ਲੇਖਕ ਦਾ ਨਾਮ ਹੈ ਜੀ ਜਾਈ ਕਾਂਗੀਕਰ ਉਹ ਨੇ ਜੀ ਆਈਸੀ ਨੰਦਾ ਪ੍ਰਸ਼ਨ ਸੀ ਜੀ ਆਈਸੀ ਨੰਦਾ ਦਾ ਪੂਰਾ ਨਾਮ ਕੀ ਹੈ ਤਾਂ ਇਹਨਾਂ ਦਾ ਪੂਰਾ ਨਾਮ ਹੈ ਜੀ ਈਸ਼ਵਰ ਚੰਦਰ ਨੰਦਾ ਅੱਗੇ ਹੈ ਜੀ 94ਵਾਂ ਪ੍ਰਸ਼ਨ ਡਾਕਟਰ ਦਵਿੰਦਰ ਸ਼ੈਫੀ ਦੁਆਰਾ ਲਿਖਿਆ ਕਿਹੜਾ ਪਾਠ ਬੱਚਿਆਂ ਅੰਦਰ ਮੌਜੂਦ ਰਚੀਆਂ ਨੂੰ ਉਭਾਰਨ ਉੱਪਰ ਕੇਂਦ੍ਰਿਤ ਕੀਤਾ ਗਿਆ ਹੈ ਸਾਹਿਤਿਕ ਰੰਗ ਕਿਰਨਾ ਦੋ ਦੇ ਵਿੱਚ ਦਰਜਾ ਜੀ ਇਹ ਪਾਠ ਪੰਜਾਬੀ ਵਿਰਸਾ ਰਾਜਿਆ ਰਾਜ ਕਰੇਂਦਿਆ ਗੱਪਵਾਜ਼ ਕਲਾਤਮਕ ਰੁਚੀਆਂ ਪ੍ਰਕਿਰਤੀ ਤੇ ਪਹਿਚਾਨ ਸਹੀ ਉਤਰ ਜਦਾ ਸਸਾ ਕਲਾਤਮਕ ਰੁਚੀਆਂ ਪ੍ਰਕਿਰਤੀ ਤੇ ਪਹਿਚਾਨ 95ਵਾਂ ਪ੍ਰਸ਼ਨ ਹੈ ਜੇ ਅੱਗੇ ਕਬੱਡੀ ਦੀ ਖੇਡ ਪੰਜਾਬੀਆਂ ਦੇ ਕਿਸ ਵਿੱਚ ਸਮਾਈ ਹੋਈ ਹੈ ਘਰਾਂ ਵਿੱਚ ਦਿਲ ਵਿੱਚ ਲਹੂ ਵਿੱਚ ਪਿੰਡਾਂ ਵਿੱਚ ਤਾਂ ਪਿਆਰੇ ਵਿਦਿਆਰਥੀਓ ਜੋ ਪ੍ਰਸ਼ਨ ਨੇ ਪਾਠ ਦੇ ਆਧਾਰ ਤੇ ਹੀ ਇਹਨਾਂ ਦੇ ਉੱਤਰ ਦੇਣੇ ਨੇ ਤਾਂ ਕਬੱਡੀ ਦੀ ਖੇਡ ਹੈ ਜੋ ਪੰਜਾਬੀਆਂ ਦੇ ਲਹੂ ਦੇ ਵਿੱਚ ਸਮਾਈ ਹੋਈ ਹੈ 96ਵਾਂ ਪ੍ਰਸ਼ਨ ਜਿਗੇ ਪ੍ਰਸਿੱਧ ਮਨੋਵਿਗਿਆਨੀ ਗਾਰਡਨਰ ਨੇ ਕਿਹੜਾ ਸਿਧਾਂਤ ਦਿੱਤਾ ਸੀ ਬਹੁਬੁੱਧੀ ਸਿਧਾਂਤ ਊਰਜਾ ਦਾ ਸਿਧਾਂਤ ਭਾਸ਼ਾਗਤ ਬੁੱਧੀ ਦਾ ਸਿਧਾਂਤ ਜਾਂ ਸਮਾਜਿਕ ਰੁਚੀ ਦਾ ਸਿਧਾਂਤ ਮਨੋਵਿਗਿਆਨੀ ਗਾਰਡਨਰ ਨੇ ਇਹਨਾਂ ਦੇ ਵਿੱਚੋਂ ਕਿਹੜਾ ਸਿਧਾਂਤ ਦਿੱਤਾ ਸੀ ਜੀ ਉਹ ਦਿੱਤਾ ਸੀ ਜੀ ਊੜਾ ਬਹੁਬੁੱਧੀ ਦਾ ਸਿਧਾਂਤ ਜਿਹਦੇ ਵਿੱਚ ਉਹਨਾਂ ਨੇ ਅੱਠ ਬੁੱਧੀਆਂ ਦੇ ਬਾਰੇ ਦੱਸਿਆ ਸੀ ਪਾਠ ਦੇ ਵਿੱਚ ਡਿਟੇਲ ਦੇ ਵਿੱਚ ਸਾਰੀਆਂ ਬੁੱਧੀਆਂ ਦੇ ਬਾਰੇ ਦੱਸਿਆ ਗਿਆ ਹੈ 97ਵਾਂ ਪ੍ਰਸ਼ਨ ਹੈ ਜੀ ਇਕਾਂਗੀ ਬੇਬੇ ਰਾਮ ਭਜਨੀ ਵਿੱਚੇ ਸ਼ਾਮਦਾਸ ਬੇਬੇ ਰਾਮ ਭਜਨੀ ਤੋਂ ਕਿਸ ਚੀਜ਼ ਦੀ ਮੰਗ ਕਰਦਾ ਹੈ ਸੋਨੇ ਦੀਆਂ ਤਿੰਨ ਚੂੜੀਆਂ ਕੰਨਾਂ ਦੀਆਂ ਵਾਲੀਆਂ ਨਵੇਂ ਕੱਪੜੇ ਜਕਰ ਵੇਚਣ ਦੀ ਤਾਂ ਪਿਆਰੇ ਵਿਦਿਆਰਥੀਓ ਤੁਹਾਨੂੰ ਇੱਕ ਐਡਵਾਈਸ ਜਰੂਰ ਦੇਵਾਂਗੇ ਕਿ ਜੇਕਰ ਤੁਹਾਡੇ ਕੋਲੇ ਅਰੇਂਜਮੈਂਟ ਹੁੰਦਾ ਬੁੱਕਸ ਦਾ ਤਾਂ ਬੁੱਕਸ ਜਰੂਰ ਪੜੋ ਚੈਪਟਰ ਪੜੋ ਕਿਉਂਕਿ ਪ੍ਰਸ਼ਨ ਇਹ ਜੋ ਚੈਪਟਰ ਦੇ ਵਿੱਚੋਂ ਹੀ ਆਉਣੇ ਨੇ ਤੇ ਚੈਪਟਰ ਪੜਨ ਤੋਂ ਬਾਅਦ ਤੁਸੀਂ ਮੌਕ ਟੈਸਟ ਜਰੂਰ ਦੇਖੋ ਤਾਂ ਬੇਬੇ ਰਾਮਭਜਨੀ ਇਕਾਂਗੀ ਦੇ ਵਿੱਚ ਸ਼ਾਮਦਾਸ ਹੈ ਜੋ ਉਹ ਸੋਨੇ ਦੀਆਂ ਤਿੰਨ ਚੂੜੀਆਂ ਦੀ ਮੰਗ ਕਰਦਾ 98ਵਾਂ ਪ੍ਰਸ਼ਨ ਹੈ ਜੱਗੇ ਇਹ ਇੱਥੇ ਲਿਖਿਆ ਵਿੱਚੋਂ ਗੁਰੂ ਮਹਿਲ ਕੌਣ ਹਨ ਬਚਿੰਤ ਕੌਰ ਗੁਰੂ ਰਾਮਦਾਸ ਜੀ ਬੀਬੀ ਭਾਨੀ ਜੀ ਬਾਬੇ ਰਾਮ ਭਜਨੇ ਤਾਂ ਗੁਰੂ ਮਹਿਲ ਸ਼ਬਦ ਹੈ ਜੋ ਸਿੱਖ ਧਰਮ ਦੇ ਵਿੱਚ ਜੋ ਗੁਰੂ ਸਹਿਬਾਨਾਂ ਦੀਆਂ ਪਤਨੀਆਂ ਨੇ ਉਹਨਾਂ ਦੇ ਲਈ ਸਤਿਕਾਰ ਵਜੋਂ ਗੁਰੂ ਮਹਿਲ ਸ਼ਬਦ ਵਰਤਿਆ ਜਾਂਦਾ ਹੈ ਤਿੰਨ ਦੇ ਵਿੱਚੋਂ ਜੋ ਗੁਰੂ ਮਹਿਲ ਨੇ ਉਹਨੇ ਜੀ ਬੀਬੀ ਭਾਨੀ ਜੀ ਇਹ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰੂ ਮਹਿਲ ਨੇ ਬੀਬੀ ਭਾਨੀ ਜੀ ਜੀਵਨੀ ਦਿੱਤੀ ਗਈ ਹੈ ਸੁਖਵਿੰਦਰ ਕੌਰ ਦੇ ਦੁਆਰਾ ਇਹਨਾਂ ਦੀ ਅੱਗੇ ਆ ਜੀ 99ਵਾਂ ਪ੍ਰਸ਼ਨ ਹੈ ਜੀ ਹੰਕਾਰ ਨੂੰ ਤਿਆਗ ਕੇ ਨਿਮਰਤਾ ਧਾਰਨ ਕਰਨ ਦੀ ਪ੍ਰੇਰਣਾ ਕਿਸ ਪਾਠ ਵਿੱਚ ਦਿੱਤੀ ਗਈ ਹੈ ਸਮਾ ਸਿੰਮਲ ਰੁੱਖ ਸਰਾਇਰਾ ਰੁੱਖ ਜਾਂ ਸਮਕਾਲੀਆਂ ਨੂੰ ਇਹ ਸਹੀ ਉੱਤਰ ਹੈ ਜਿਹਦਾ ਅਡਾ ਸਿੰਮਲ ਰੁੱਖ ਸਰਾਇਰਾ ਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਸਾਨੂੰ ਹੰਕਾਰ ਨੂੰ ਤਿਆਗ ਕੇ ਨਿਮਰਤਾ ਨੂੰ ਧਾਰਨ ਕਰਨਾ ਚਾਹੀਦਾ ਹੈ ਸੋਮਾ ਪ੍ਰਸ਼ਨ ਜਿਗੇ ਕਬੱਡੀ ਦੀ ਖੇਡ ਰਾਹੀਂ ਰੂਪਮਾਨ ਹੁੰਦਾ ਹੈ ਪੰਜਾਬ ਦਾ ਇਤਿਹਾਸ ਪੰਜਾਬ ਦੀ ਆਰਥਿਕਤਾ ਪੰਜਾਬ ਦੀ ਰਾਜਨੀਤੀ ਜਾਂ ਪੰਜਾਬ ਦਾ ਵਿਕਾਸ ਕਬੱਡੀ ਦੀ ਖੇਡ ਰਹੀ ਹੁੰਦਾ ਜੀ ਪੰਜਾਬ ਦਾ ਇਤਿਹਾਸ ਹੈ ਉਹ ਰੂਪਮਾਨ ਹੁੰਦਾ ਅੱਗੇ ਜੀ 101ਵਾਂ ਪ੍ਰਸ਼ਨ ਹੈ ਜੀ ਪ੍ਰਿੰਸੀਪਲ ਸਰਬਨ ਸਿੰਘ ਅਨੁਸਾਰ ਕਬੱਡੀ ਦੀਆਂ ਕਿਸਮਾਂ ਕਿਸ ਤੋਂ ਵਿਕਸਿਤ ਹੋਈਆਂ ਨੇ ਇਹ ਵੀ ਪ੍ਰਸ਼ਨ ਪਹਿਲਾਂ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਹੈ ਅਮਰੀਕਾ ਤੋਂ ਹਰਿਆਣੇ ਤੋਂ ਇੰਗਲੈਂਡ ਤੋਂ ਜਾਂ ਸੌਂਚੀ ਤੋਂ ਜਦ ਪ੍ਰਸ਼ਨ ਆंदा ਕਿ ਸੌਂਚੀ ਕੀ ਹੈ ਸੌਂਚੀ ਇੱਕ ਖੇੜ ਹੈ ਤਾਂ ਪ੍ਰਿੰਸੀਪਲ ਸਰਬਨ ਸਿੰਘ ਅਨੁਸਾਰ ਜੇ ਕਬੱਡੀ ਦੀਆਂ ਕਿਸਮਾਂ ਨੇ ਇਹ ਸੌਂਚੀ ਤੋਂ ਹੀ ਵਿਕਸਿਤ ਹੋਈਆਂ ਨੇ 102ਵਾਂ ਪ੍ਰਸ਼ਨ ਹੈ ਜੀ ਕਲਾਤਮਕ ਰੁਚੀਆਂ ਪਾਠ ਅਨੁਸਾਰ ਸਤਿਅਮ ਸ਼ਿਵਮ ਸੁੰਦਰਮ ਦਾ ਮੁਜੱਸਮਾ ਕਿਸ ਨੂੰ ਮੰਨਿਆ ਜਾਂਦਾ ਹੈ ਕਲਾ ਨੂੰ ਪੈਸੇ ਨੂੰ ਮਨ ਨੂੰ ਜਾਂ ਅਮਰੀਕਾ ਨੂੰ ਤਾਂ ਇਹ ਜੋ ਸਾਰਾ ਮੁਜੱਸਮਾ ਮੰਨਿਆ ਜਾਂਦਾ ਜੀ ਕਲਾ ਨੂੰ ਮੰਨਿਆ ਜਾਂਦਾ ਹੈ ਅੱਗੇ ਆ ਜੀ ਤੇ 103ਵਾਂ ਪ੍ਰਸ਼ਨ ਹੈ ਜੀ ਹੇਠ ਲਿਖਿਆਂ ਵਿੱਚੋਂ ਕਿਸ ਇਕਾਂਗੀ ਵਿੱਚ ਸਮਾਜਿਕ ਕੁਰਤੀਆਂ ਤੇ ਵਿਅੰਗ ਕੀਤਾ ਗਿਆ ਹੈ ਰਾਜਿਆ ਰਾਜ ਕਰੇਂਦਿਆ ਬੇਬੇ ਰਾਮ ਭਜਨੀ ਕਿਰਤদাস ਅਧਿਕਾਰ ਕਰਤਾਰਕ ਉਤਕੀ ਇਹ ਹੈ ਜੀ ਬੇਬੇ ਰਾਮ ਭਜਨੀਆ ਜੋ ਸਮਾਜਿਕ ਕੁਰਤੀਆਂ ਨੇ ਜਿਹਦੇ ਵਿੱਚ ਨਸ਼ੇ ਦੀ ਸਮੱਸਿਆ ਤੇ ਧਾਰਮਿਕ ਪਖੰਡ ਉਹਨਾਂ ਦੇ ਉੱਪਰ ਕਰਾਰਾ ਵਿਅੰਗ ਕੀਤਾ ਗਿਆ ਹੈ 104ਵਾਂ ਪ੍ਰਸ਼ਨ ਹੈ ਜੀ ਅੱਗੇ ਬੀਬੀ ਭਾਨੀ ਜੀ ਜੀਵਨੀ ਦੇ ਆਧਾਰ ਤੇ ਦੱਸੋ ਕਿ ਕੌਣ ਸਾਡੇ ਸਾਰਿਆਂ ਲਈ ਚਾਨਣ ਮੁਨਾਰਾ ਸਨ ਬੇਬੇ ਰਾਮਪਜਨੀ ਡਾਕਟਰ ਅਬਦੁਲ ਕਲਾਮ ਬੀਬੀ ਭਾਨੀ ਜੀ ਉਪਰੋਕਤ ਵਿੱਚੋਂ ਕੋਈ ਨਹੀਂ ਤਾਂ ਸਹੀ ਉੱਤਰ ਹੈ ਜੀ ਦਾ ਈਡੀ ਬੀਬੀ ਭਾਨੀ ਜੀ ਨੇ ਜੋ ਸਾਡੇ ਸਾਰਿਆਂ ਦੇ ਲਈ ਚਾਨਣ ਮੁਨਾਰਾ ਨੇ ਅੱਗੇ ਜੀ 105ਵਾਂ ਪ੍ਰਸ਼ਨ ਹੈ ਜੀ ਗੱਪਵਾਜ ਪਾਠ ਕਿਸ ਦੀ ਰਚਨਾ ਹੈ ਇਸ ਪ੍ਰਿੰਸੀਪਲ ਸਰਬਨ ਸਿੰਘ ਪਿਆਰਾ ਸਿੰਘ ਦਾਤਾ ਸਾਧੂ ਸਿੰਘ ਆਂਚਲ ਜਾਂ ਪ੍ਰithvi ਰਾਜ ਠਾਪੜ ਹਾਂ ਜੀ ਗੱਪਵਾਜ ਪਾਠ ਹੈ ਜੀ ਉਹ ਰਚਨਾ ਜੀ ਪਿਆਰਾ ਸਿੰਘ ਦਾਤਾ ਦੀ ਅਗਯਾ ਜੀ 106 ਵਾ ਪ੍ਰਸ਼ਨ ਹੈ ਜਿገ ਗੱਪਵੱਜ ਪਾਠ ਵਿੱਚ ਗੱਪਵੱਜ ਦੀ ਪਤਨੀ ਦੇ ਕਹਿਣ ਅਨੁਸਾਰ ਉਸ ਦੇ ਪੇਕੇ ਘਰ ਕਿਸ ਚੀਜ਼ ਦੀ ਕੋਈ ਕਮੀ ਨਹੀਂ ਸੀ ਸੋਨੇ ਚਾਂਦੀ ਦੀ ਕੱਪੜਿਆਂ ਦੀ ਫਲਾਂ ਦੀ ਜਾਂ ਦੁੱਧ ਦੀ ਤਾਂ ਸਹੀ ਉੱਤਰ ਹੈ ਜਿਹਦਾ ਸਸਾ ਦੁੱਧ ਦੀ ਕੋਈ ਕਮੀ ਨਹੀਂ ਸੀ ਗੱਪਵੱਜ ਦੀ ਪਤਨੀ ਕਹਿੰਦੀ ਸੀ ਕਿ ਮੇਰੇ ਪੇਕੇਆਂ ਦੇ ਘਰ ਦੁੱਧ ਦੀ ਕੋਈ ਕਮੀ ਨਹੀਂ ਸੀ ਦੁੱਧ ਦੀਆਂ ਨਦੀਆਂ ਵਗਦੀਆਂ ਸੀ 107ਵਾਂ ਪ੍ਰਸ਼ਨ ਹੈ ਜੀ ਪੰਜਾਬ ਸਟਾਈਲ ਕਬੱਡੀ ਵਿੱਚ ਮੈਚ ਦਾ ਸਮਾਂ ਹੁੰਦਾ ਹੈ ਕਬੱਡੀ ਪਾਠ ਦੇ ਆਧਾਰ ਤੇ ਦੱਸਣਾ ਹੈ 20 5 10 20 5 20 5 20 20 20 5 ਕਬੱਡੀ ਦਾ ਸਮਾਂ ਹੁੰਦਾ ਜੀ ਸਹੀ ਉੱਤਰ ਹੈ ਜਿਹਦਾ 107 ਦਾ ਆੜਾ 20 5 20 20 ਮਿੰਟ ਖੇਡ ਹੁੰਦੀ ਹੈ 5 ਮਿੰਟ ਵਿਸਰਾਮ ਹੁੰਦਾ ਫਿਰ 20 ਮਿੰਟ ਦੀ ਖੇਡ ਹੁੰਦੀ ਹੈ ਸਹੀ ਉੱਤਰ ਹੈ ਜਿਹਦਾ 20 5 20 108ਵਾਂ ਪ੍ਰਸ਼ਨ ਹੈ ਜੀ ਡਾਕਟਰ ਦਵਿੰਦਰ ਸ਼ੈਫੀ ਅਨੁਸਾਰ ਭਾਸ਼ਾਈ ਪਕੜ ਦਾ ਸਬੰਧ ਕਿਸ ਬੁੱਧੀ ਨਾਲ ਹੈ ਭਾਸ਼ਾਗਤ ਬੁੱਧੀ ਸਰੀਰਗਤ ਬੁੱਧੀ ਸਵੈਮੁਖੀ ਬੁੱਧੀ ਤਾਰਕਿਕ ਗਣਿਤਿਕ ਬੁੱਧੀ ਤਾਂ ਡਾਕਟਰ ਦਵਿੰਦਰ ਸ਼ੈਫੀ ਨੇ ਪ੍ਰੋਫੈਸਰ ਗਾਰਡਨਰ ਦੇ ਬੁੱਧੀਆਂ ਦੇ ਆਧਾਰ ਤੇ 8 ਤਰ੍ਹਾਂ ਦੇ ਬੁੱਧੀਆਂ ਦਾ ਜ਼ਿਕਰ ਕੀਤਾ ਹੈ ਤਾਂ ਇਹਦੇ ਵਿੱਚੋਂ ਭਾਸ਼ਾਈ ਪਕੜ ਦਾ ਸਬੰਧ ਹੁੰਦਾ ਜੀ ਭਾਸ਼ਾਗਤ ਬੁੱਧੀ ਦੇ ਨਾਲ 109ਵਾਂ ਪ੍ਰਸ਼ਨ ਹੈ ਜੀ ਅੱਗੇ ਬੀਬੀ ਭਾਨੀ ਜੀਵਨੀ ਅਨੁਸਾਰ ਬੀਬੀ ਭਾਨੀ ਜੀ ਨੇ ਕਿਸ ਤੋਂ ਵਰ ਮੰਗਿਆ ਆਪਣੇ ਪਤੀ ਤੋਂ ਆਪਣੇ ਪਿਤਾ ਤੋਂ ਆਪਣੇ ਪੁੱਤਰ ਤੋਂ ਜਾਂ ਉਪਰੋਕਤ ਸਾਰਿਆਂ ਤੋਂ ਬੀਬੀ ਭਾਨੀ ਜੀਵਨੀ ਆ ਜੀ ਜੋ ਸਾਹਿਤਿਕ ਰੰਗ 2 ਬੁੱਕ ਦੇ ਵਿੱਚ ਦਰਜ ਹੈ ਇਹਦੇ ਵਿੱਚ ਬੀਬੀ ਭਾਨੀ ਜੀ ਨੇ ਵਰ ਮੰਗਿਆ ਸੀ ਕਿ ਇਹ ਗੁਰਗੱਦੀ ਦੀ ਪਰੰਪਰਾ ਹੈ ਜੋ ਆਪਣੇ ਹੀ ਵੰਸ਼ ਦੇ ਵਿੱਚ ਚੱਲਦੀ ਰਹੇ ਇਹ ਵਰ ਕਿਸ ਤੋਂ ਮੰਗਿਆ ਸੀ ਉਹਨਾਂ ਨੇ ਸਹੀ ਉਤਰ ਜੀ ਹੈ ਆੜਾ ਇਹ ਵਰ ਉਹਨਾਂ ਨੇ ਆਪਣੇ ਪਿਤਾ ਜੀ ਤੋਂ ਮੰਗਿਆ ਸੀ ਗੁਰੂ ਅਮਰਦਾਸ ਜੀ ਤੋਂ ਮੰਗਿਆ ਸੀ ਗੁਰੂ ਅਮਰਦਾਸ ਜੀ ਸੀ ਜੋ ਬੀਬੀ ਭਾਨੀ ਜੀ ਦੇ ਪਿਤਾ ਦਾ ਨਾਮ ਹੈ ਤੇ ਅਖੀਰਲਾ ਪ੍ਰਸ਼ਨ ਹੈ ਜੀ ਇਸ ਵੀਡੀਓ ਦਾ ਅੱਜ ਦੀ ਵੀਡੀਓ ਦਾ ਪਿਆਰਾ ਸਿੰਘ ਦਾਤਾ ਨੂੰ ਕਿਹਾ ਜਾਂਦਾ ਹੈ ਪੰਜਾਬ ਦੀ ਕੋਇਲ ਕਵੱਡੀ ਦਾ ਗੁਰੂ ਹਾਸ ਵਿਅੰਗ ਦਾ ਵਦਸ਼ਾ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਪਿਆਰਾ ਸਿੰਘ ਦਾਤਾ ਨੂੰ ਕਿਹਾ ਜਾਂਦਾ ਜੀ ਕੀ ਕਿਹਾ ਜਾਂਦਾ ਇਹਨਾਂ ਦੇ ਵਿੱਚੋਂ ਤਾਂ ਉਹਨਾਂ ਨੂੰ ਕਿਹਾ ਜਾਂਦਾ ਜੀ ਹਾਸ ਵਿਅੰਗ ਦਾ ਬਾਦਸ਼ਾ ਪਿਆਰਾ ਸਿੰਘ ਦਾਤਾ ਇਹਨਾਂ ਨੇ ਗੱਪਵਾਜ ਪਾਠ ਹੈ ਜੋ ਉਹ ਲਿਖਿਆ ਸੀ ਪੰਜਾਬੀ ਦੇ ਵਿੱਚ ਜੋ 9th ਕਲਾਸ ਦੀ ਬੁੱਕ ਦੇ ਵਿੱਚ ਦਰਜ ਹੈ ਏਸੀ ਪਿਆਰੇ ਵਿਦਿਆਰਥੀਓ ਅੱਜ ਦਾ ਮੌਕ ਟੈਸਟ ਉਮੀਦ ਕਰਦਾ ਕਿ ਇਸ ਮੌਕ ਟੈਸਟ ਤੋਂ ਤੁਹਾਨੂੰ ਜ਼ਰੂਰ ਹੈਲਪ ਮਿਲ ਰਹੀ ਹੋਵੇਗੀ ਇਸ ਤੋਂ ਇਲਾਵਾ ਇਹ ਪਾਠ ਨੇ ਜਿਨ੍ਹਾਂ ਦੇ ਵਿੱਚੋਂ ਇਹ ਪ੍ਰਸ਼ਨ ਬਣਾਏ ਗਏ ਨੇ ਉਹਨਾਂ ਦੇ ਕੁਝ ਕੁ ਪਾਠ ਮੈਂ ਇਸ YouTube ਚੈਨਲ ਦੇ ਉੱਪਰ ਡਿਟੇਲ ਦੇ ਵਿੱਚ ਪੜ੍ਹ ਕੇ ਅਪਲੋਡ ਕਰ ਚੁੱਕਿਆ ਜੋ ਬੁੱਕ ਦੇ ਵਿੱਚ ਦਿੱਤੇ ਗਏ ਨੇ ਬਹੁਤ ਸਾਰੇ ਪਾਠ ਨੇ ਜੋ ਅਪਲੋਡ ਕੀਤੇ ਜਾ ਚੁੱਕੇ ਨੇ ਤੁਸੀਂ ਉਹਨਾਂ ਪਾਠਾਂ ਨੂੰ ਵੀ ਜ਼ਰੂਰ ਦੇਖੋ ਇਸ ਤੋਂ ਇਲਾਵਾ H TET ਲੈਵਲ TGT ਤੇ ਲੈਵਲ PGT ਪੰਜਾਬੀ ਦੇ ਜੋ 60-60 ਪ੍ਰਸ਼ਨ ਹਨ ਦੋਨੇ ਪੇਪਰਾਂ ਦੇ ਵਿੱਚ ਜੋ ਪ੍ਰੀਵੀਅਸ ਪੇਪਰ ਨੇ ਉਹ ਵੀ ਤੁਸੀਂ ਇਸ YouTube ਚੈਨਲ ਦੇ ਉੱਪਰ ਦੇਖ ਸਕਦੇ ਹੋ ਇਸ ਤੋਂ ਇਲਾਵਾ ਸ਼ਾਰਟ ਕੁਐਸਚਨ ਆਨਸਰ ਸੰਖੇਪ ਪ੍ਰਸ਼ਨ ਉੱਤੇ TGT ਲੈਵਲ ਦੇ ਲਈ ਉਹ ਵੀ ਸ YouTube ਚੈਨਲ ਦੇ ਉੱਪਰ ਦੇਖ ਸਕਦੇ ਹੋ ਇਸ ਤੋਂ ਇਲਾਵਾ ਰੋਹੀ ਰਿਕਰੂਟਮੈਂਟ ਦਾ ਜੋ ਪੇਪਰ ਹੋਇਆ ਸੀ ਉਹਦਾ ਵੀ ਪੇਪਰ ਤੁਸੀਂ ਇਸ YouTube ਚੈਨਲ ਦੇ ਉੱਪਰ ਦੇਖ ਸਕਦੇ ਹੋ ਤਾਂ ਹਰਿਆਣੇ ਦੇ ਵਿਦਿਆਰਥੀਆਂ ਦੇ ਲਈ ਇਹ YouTube ਚੈਨਲ ਬਹੁਤ ਹੀ ਮਹੱਤਵਪੂਰਨ ਹੈ ਤਾਂ ਸਬਸਕ੍ਰਾਈਬ ਕਰੋ ਚੈਨਲ ਨੂੰ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰੋ